ਕਿਹੜਾ ਵਰ ਪਹਿਲਾਵਾ ਆਪਣੇ ਦਮ ਦੇ ਪ੍ਰਵਾਨ ਕਰ ਰਿਹਾ ਗੁਰੂ ਪ੍ਰਸਾਦ ਸਮੂਹ ਸੰਗਤਾਂ ਨੇ ਮਨੋਕਾਮਨਾ ਪੂਰੀ ਕਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਜੀ ਸਮੂਹ ਸੰਗਤਾਂ ਨੂੰ ਬਲਾਹੀ ਲੋਕਾਂ ਨਾਮ ਬਖਸ਼ ਕੇ ਪ੍ਰਾਂਤ ਕਾਲਜਾਣੇ ਕੀਰਤਨ ਪ੍ਰਧਾਨਾ ਗੁਰਮੁਖ ਜਪੇ ਲਾਏ ਧਿਆਨਾ ਦੀਵਾਨ ਸਜਾ ਦੇ ਅੱਗੇ ਬਖਸ਼ੋ ਜੀ ਸਹੀ ਮਿੱਤਰ ਪਿਆਰੇ ਵੇਲੋ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਉਂਕਿ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੇ ਨਾਲ ਜੋੜਨ ਦੇ, ਸਤਿਗੁਰੂ ਜੀ ਦੀ ਸੰਗਤ ਕਰਾਉਣ ਦੇ, ਕਿਉਂਕਿ ਸਾਨੂੰ ਇਹ ਪਤਾ ਲੱਗ ਜਾਵੇ ਸਾਡੀਆਂ ਵੱਡੀਆਂ ਵਡੇਰਿਆਂ ਨੇ ਉਹਨਾਂ ਨੇ ਕੀ ਕ੍ਰਾਂਤੀ ਲਿਆਂਦੀ ਹੈ, ਕਿ ਉਹਨਾਂ ਨੇ ਆ ਕੇ ਸਾਡੇ ਖਾਤਰ ਪਰ ਉਪਕਾਰ ਕੀਤਾ ਸੰਸਾਰ ਉੱਤੇ ਆ ਕੇ। ਜਿੱਥੇ ਸੰਸਾਰ ਉੱਤੇ ਨਾਮ ਜਪਣ ਦੀ ਗੱਲ ਆਉਂਦੀ ਹੈ, ਪਰਮੇਸ਼ਰ ਦੇ ਆਰਾਧਨੇ ਦੀ ਗੱਲ ਆਉਂਦੀ ਹੈ, ਉੱਥੇ ਸਾਧ ਸੰਗਤ ਜੀ ਉੱਚੀਆਂ ਜਾਤਾਂ ਵਾਲਿਆਂ ਨੇ ਤੇ ਸਾਨੂੰ ਸਾਰਿਆਂ ਨੂੰ ਜਾਤਾਂ ਦੇ ਵਿੱਚ ਬਣ ਦਿੱਤਾ ਗਿਆ ਸੀ। ਕੋਈ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦਾ, ਨੀਚੇ ਨੀਵੇਂ ਜਾਪਦਾ, ਕੋਈ ਰੱਬ ਦੀ ਗੱਲ ਨਹੀਂ ਕਰ ਸਕਦਾ, ਰੱਬ ਦੇ ਨਾਲ ਜੁੜ ਨਹੀਂ ਸਕਦਾ। ਇਹ ਸਾਨੂੰ ਉੱਚੀ ਜਾਤ ਵਾਲਿਆਂ ਨੂੰ, ਬ੍ਰਾਹਮਣਾਂ ਨੂੰ ਇਹ ਸਾਨੂੰ ਹੱਕ ਹੈ, ਅਸੀਂ ਰੱਬ ਦਾ ਨਾਮ ਜਪਾ ਸਕਦੇ ਹਾਂ, ਸਿਰਫ ਅਸੀਂ ਹੀ ਰੱਬ ਦੇ ਨਾਲ ਜੋੜ ਸਕਦੇ ਹਾਂ। ਧੰਨ ਰਵਿਦਾਸ ਮਹਾਰਾਜ ਜਿਨ੍ਹਾਂ ਨੇ ਆ ਕੇ ਉਹ ਝੂਠ ਦੀਆਂ ਦੁਕਾਨਾਂ ਬੰਦ ਕੀਤੀਆਂ, ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ, ਦੱਸਿਆ ਕਿ ਦੁਨੀਆਂ ਦੇ ਲੋਕੋ ਇਹ ਜੋ ਪਾਖੰਡ ਕਰ ਰਹੇ ਹਨ, ਇਹ ਜੋ ਆਪਣੇ ਮਗਰ ਲਾ ਰਹੇ ਹਨ, ਰੱਬ ਦਾ ਨਾਮ, ਪਰਮੇਸ਼ਰ ਦਾ ਨਾਮ ਕੋਈ ਵੀ ਜਪ ਸਕਦਾ ਹੈ, ਕੋਈ ਵੀ ਰੱਬ ਦੀ ਬੰਦਗੀ ਕਰ ਸਕਦਾ, ਰੱਬ ਦੇ ਨਾਲ ਜੁੜ ਸਕਦਾ ਹੈ। ਜਿੱਥੇ ਇੱਥੇ ਤੱਕ ਇਹ ਕਿਹਾ ਸੀ ਕਿ ਜੇ ਕੋਈ ਰੱਬ ਦੀ ਗੱਲ ਕਰੂਗਾ, ਜੇ ਕੋਈ ਪਰਮੇਸ਼ਰ ਦੇ ਨਾਲ ਜੋੜੇਗਾ, ਨਾਮ ਜਪੂਗਾ, ਉਹ ਨੀਵੀਂ ਜਾਤ ਦਾ ਹੋਵੇਗਾ, ਉਹਦੀਆਂ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਵੇਗਾ, ਕਿਉਂਕਿ ਉਹ ਨਾਮ ਨਹੀਂ ਜਪਾ ਸਕਦਾ, ਉਹ ਰੱਬ ਦੇ ਨਾਲ ਨਹੀਂ ਕਿਸੇ ਨੂੰ ਜੋੜ ਸਕਦਾ। ਰਵਿਦਾਸ ਮਹਾਰਾਜ ਜੀ ਨੇ ਆ ਕੇ ਇਹ ਸੱਚ ਤੇ ਪਹਿਰਾ ਦਿੱਤਾ, ਉਹਨਾਂ ਨੇ ਸੱਚ ਦੀ ਗੱਲ ਕੀਤੀ ਹੈ ਕਿ ਜਾਤ ਕਰਕੇ ਕੋਈ ਵੱਡਾ ਨਹੀਂ ਹੁੰਦਾ, ਵੱਡਾ ਕਰਮਾ ਕਰਕੇ ਹੁੰਦਾ ਹੈ। ਮਹਾਰਾਜ ਜੀ ਬਚਨ ਕਰਦੇ, ਸਾ ਜਾਤ ਸਾ ਬੰਦ ਹੈ ਜੇ ਕਰਮ ਕਮਾਏ, ਕਹਿੰਦੇ ਕੋਈ ਜਾਤ ਕਰਕੇ ਵੱਡਾ ਨਹੀਂ ਹੁੰਦਾ, ਕੋਈ ਕਰਮਾ ਕਰਕੇ ਵੱਡਾ ਹੁੰਦਾ ਹੈ, ਕਿਉਂਕਿ ਜੇ ਆਪਾਂ ਸੰਸਾਰ ਉੱਤੇ ਕਰਮ ਕਰਨੇ ਹਨ, ਜਿਹੜੇ ਨਾਮ ਵਾਲੇ ਹੁੰਦੇ ਹਨ, ਨਾਮ ਜਪਣ ਵਾਲੇ ਸਾਧ ਸੰਗਤ ਜੀ, ਨਾਮ ਜਪਣ ਵਾਲਿਆਂ ਦੀ ਕੋਈ ਜਾਤ ਨਹੀਂ ਹੁੰਦੀ। ਜਿਹੜਾ ਨਾਮ ਜਪਣ ਵਾਲਾ ਹੈ ਉਹ ਸਾਰਿਆਂ ਤੋਂ ਵੱਡਾ ਹੁੰਦਾ ਹੈ, ਨਾਮ ਜਪਣ ਵਾਲਾ। ਸਾਧ ਸੰਗਤ ਜੀ, ਕਿਸੇ ਨੂੰ ਇਹ ਨਹੀਂ ਪਤਾ ਹੋਣਾ ਕਿ ਭਗਤ ਕਬੀਰ ਜੀ ਵੇਲੇ ਰਾਜਾ ਕੌਣ ਸੀ, ਭਗਤ ਫਰੀਦ ਜੀ ਵੇਲੇ ਰਾਜਾ ਕੌਣ ਸੀ, ਪਰ ਸਾਧ ਸੰਗਤ ਜੀ ਸਾਨੂੰ ਇਹਨਾਂ ਮਹਾਂਪੁਰਖਾਂ ਦੇ ਨਾਮ ਯਾਦ ਹਨ, ਕਿਉਂਕਿ ਜਿਨ੍ਹਾਂ ਨੇ ਨਾਮ ਜਪਿਆ ਹੈ, ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਹੈ, ਜਿਨ੍ਹਾਂ ਨੇ ਸਾਨੂੰ ਪਰਮੇਸ਼ਰ ਦੇ ਨਾਲ ਜੋੜਿਆ ਹੈ, ਜਿਨ੍ਹਾਂ ਨੇ ਇਹ ਦੱਸਿਆ ਹੈ ਕੋਈ ਜਾਤ ਕਰਕੇ ਨਹੀਂ ਵੱਡਾ ਹੁੰਦਾ, ਕੌਣ ਵੱਡਾ ਹੁੰਦਾ ਹੈ। ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ, ਮਹਾਰਾਜ ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਬਣੇ, ਤੁਹਾਡੇ ਤੋਂ ਬਗੈਰ ਕੌਣ ਮੈਨੂੰ ਲਾਡ ਬਣਾਵੇਗਾ, ਕੌਣ ਕਰੇ ਗੱਲ, ਗਰੀਬ ਨਿਵਾਜ ਗੁਸਾਈਆ ਮੇਰਾ ਮਾਥੇ ਚੱਕਰ ਕਰੇ। ਉਹ ਅਕਾਲ ਪੁਰਖ ਵਾਹਿਗੁਰੂ ਗਰੀਬਾਂ ਨੂੰ ਨਿਵਾਜਣ ਵਾਲਾ, ਸਾਧ ਸੰਗਤ ਜਿਹੜੇ ਦਰ ਉੱਤੇ ਭਾਵੇਂ ਕੋਈ ਗਰੀਬ ਆਵੇ, ਭਾਵੇਂ ਕੋਈ ਅਮੀਰ ਆਵੇ, ਉਹਦੇ ਦਰ ਉੱਤੇ ਕੋਈ ਜਾਤ ਦੀ ਗੱਲ ਨਹੀਂ ਹੈ, ਉਹ ਪਰਮੇਸ਼ਰ ਦੇ ਦਰ ਦੀ ਝੋਲੀ ਲੈ ਕੇ ਜਿਹੜਾ ਵੀ ਮੰਗਦਾ ਹੈ, ਪਰਮੇਸ਼ਰ ਪਿਆਰ ਵਾਲਿਆਂ ਦੀਆਂ, ਪ੍ਰੇਮ ਵਾਲਿਆਂ ਦੀਆਂ ਝੋਲੀਆਂ ਭਰ ਦਿੰਦਾ ਹੈ। ਗੱਜ ਕੇ ਅੰਦਰ ਸਤਨਾਮ ਜਾਗੀ ਜੋਤ ਜਗਤ ਤੋਂ ਲਾਗੇ ਤਾਂ ਫਿਰ ਤੋਰੀ ਚੱਲੇ, ਨੀਚੋਂ ਕੂਚ ਕਰੇ ਮੇਰਾ ਗੋਬਿੰਦ ਕਾਹੂ ਦੇਣਾ ਕਰੇ, ਕਿਉਂਕਿ ਨੀਚੋਂ ਕੂਚ ਕਿੱਦਾਂ ਕਰਦਾ ਹੈ ਪਰਮੇਸ਼ਰ, ਕਿਉਂਕਿ ਇਹ ਨਹੀਂ ਹੈ ਕਿ ਜਿਹਦੇ ਕੋਲ ਜ਼ਿਆਦਾ ਪੈਸੇ ਉਹਨੂੰ ਉੱਚਾ ਕਰ ਦਿੰਦਾ ਹੈ, ਜਿਸਨੇ ਕੋਟੀਆਂ ਦੋ ਕੋਟੀਆਂ ਪਾ ਲਈਆਂ ਉਹ ਸਾਰੇ ਨਾਲੋਂ ਉੱਚਾ ਹੈ,
ਸਾਹ ਸਮੇਂ ਇਸ ਤਰ੍ਹਾਂ ਉਚਾਰੇ ਹੁੰਦਾ ਨਿਮ ਤੋਂ ਪੂਜ ਕਰੇ ਜਿਹੜਾ ਗੋਵਿੰਦਾ ਆਹੂ ਤੇ ਨਾ ਕਰੇ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਆ ਗਿਆ ਪਰਮੇਸ਼ਰ ਦਾ ਗੁਰੂ ਦਾ ਗਿਆਨ ਆ ਗਿਆ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਆ ਗਿਆ ਗੁਰੂ ਦਾ ਗਿਆਨ ਆ ਗਿਆ ਉਹ ਸਾਰਿਆਂ ਦੇ ਨਾਲੋਂ ਵੱਡਾ ਹੈ ਸਾਰਿਆਂ ਦੇ ਨਾਲੋਂ ਉੱਚਾ ਹੋਇਆ ਹੈ ਸਾਧ ਸੰਗਤ ਜੀ ਜਿਹਦੇ ਕੋਲ ਗੁਰੂ ਦਾ ਗਿਆਨ ਆ ਗਿਆ ਨਾਮ ਆ ਗਿਆ ਰਾਜੇ ਮਹਾਰਾਜੇ ਉਹਨਾਂ ਨਾਮ ਜਪਣ ਵਾਲਿਆਂ ਦੇ ਚਰਨਾਂ ਦੇ ਵਿੱਚ ਝੁਕਦੇ ਹਨ ਰਾਜੇ ਮਹਾਰਾਜੇ ਵੀ ਉਹਨਾਂ ਦੇ ਚਰਨਾਂ ਵਿੱਚ ਝੁਕਦੇ ਹਨ ਨਾਮ ਜਪਣ ਵਾਲਿਆਂ ਦੇ ਕਿਉਂਕਿ ਕੌਣ ਵੱਡਾ ਹੈ ਮਹਾਰਾਜ ਕਹਿੰਦੇ ਕੌਣ ਵੱਡਾ ਮਾਇਆ ਬਣਿਆ ਜੀ ਨਹੀਂ ਕਹਿੰਦੇ ਸੋ ਵੱਡਾ ਜਿਨ ਨਾਮ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਗਿਆ ਉਹਨਾਂ ਸਾਰਿਆਂ ਦੇ ਨਾਲੋਂ ਵੱਡਾ ਹੈ ਕਿ ਕਿੰਨਾ ਨੇ ਆਪ ਉਹ ਤਰ ਗਏ ਹਨ ਜਿਹਨਾਂ ਵਿੱਚ ਪਰਮੇਸ਼ਰ ਦਾ ਨਾਮ ਆ ਜਾਂਦਾ ਹੈ
ਕਹਿਣ ਵਜਾ ਸੁਣੋ ਨੇ ਸੰਤੋ ਹਰ ਜੀਓ ਕੇ ਸਮੇ ਸਰੇ। ਉਹ ਰਮਦਾਸ ਮਹਾਰਾਜ ਸੰਬੋਧਨ ਕਰਕੇ ਕਹਿੰਦੇ ਹਨ, ਕਿਉਂਕਿ ਸਾਨੂੰ ਸਮਝਾਉਂਦੇ ਹਨ ਕਿ ਜਿੱਥੇ ਸਾਡੇ ਉੱਤੇ ਇੰਨੇ ਰਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਜਿੱਥੇ ਸਾਨੂੰ ਦਾਤਾਂ ਦੇ ਵਿੱਚ ਵੰਡੀਆਂ ਦੇ ਵਿੱਚ ਵੰਡਿਆ ਗਿਆ, ਕੋਈ ਨਾਮ ਨਹੀਂ ਜਪ ਸਕਦਾ, ਰੱਬ ਦੀ ਗੱਲ ਨਹੀਂ ਕਰ ਸਕਦਾ। ਜੇ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਸੀ ਤਾਂ ਰਮਦਾਸ ਮਹਾਰਾਜ ਦਿੱਤਾ ਸੀ, ਉਹਨਾਂ ਦੀਆਂ ਝੂਠੀਆਂ ਦੁਕਾਨਾਂ ਬੰਦ ਕੀਤੀਆਂ ਸੀ ਕਿ ਆਪਣੀ ਜਿਹੜਾ ਵੀ ਸੰਸਾਰ ਉੱਤੇ ਰੱਬ ਨੂੰ ਮੰਨਦਾ ਹੈ ਉਹ ਰੱਬ ਦਾ ਨਾਮ ਜਪ ਸਕਦਾ, ਰੱਬ ਦੀ ਗੱਲ ਕਰਦਾ, ਨੇਕ ਨੂੰ ਅਧਿਕਾਰ ਹੈ। ਜਾਤ ਗੱਲ ਇਹ ਨਹੀਂ ਕੋਈ ਵੱਡਾ ਹੁੰਦਾ, ਵੱਡਾ ਉਹ ਹੈ ਜਿਹੜਾ ਸਤਿਗੁਰੂ ਜੀ ਦਾ ਨਾਮ ਜਪਦਾ, ਜਿਹੜਾ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰਦਾ ਹੈ, ਕਿਉਂਕਿ ਨਾਮ ਜਪਣ ਵਾਲੇ ਦੀ ਕੋਈ ਜਾਤਿਆਂ ਨਹੀਂ ਹੁੰਦੀ। ਗੱਜ ਕੇ ਆਪੋ ਸਤਨਾਮ, ਕਿਉਂਕਿ ਅੱਜ ਸਾਨੂੰ ਲੋੜ ਹੈ ਜਿੱਥੋਂ ਸਾਨੂੰ ਮਹਿਮਾ ਭਰਮਾ ਪਖੰਡਾਂ ਤੋਂ ਰਮਦਾਸ ਮਹਾਰਾਜ ਜੀ ਨੇ ਕੱਢਿਆ ਹੈ। ਧਰਮ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਗਮ ਜਾ ਗਾਤੀ ਲੁੱਟੇ, ਨਿਰਵਾਣ ਕੀਰਤਨ ਕਰੋ ਕਰਦੇ ਦਾ ਜਿਸ ਨਿਮਕ ਸਿਮਰਨ ਲੁੱਟੇ। ਉਹ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਦੇ ਨਾਲ ਜੋੜਿਆ ਹੈ, ਅਕਾਲ ਪੁਰਖ ਜੀ ਨੂੰ ਸੰਬੋਧਨ ਕੀਤਾ ਹੈ ਰਮਦਾਸ ਮਹਾਰਾਜ ਜੀ ਨੇ। ਜੇ ਉਹਨਾਂ ਦੇ ਇੱਕ ਸ਼ਬਦ ਨੂੰ ਆਪਾਂ ਕਿਤੇ ਵਿਚਾਰੀਏ, ਕਿਤੇ ਵਿਚਾਰ ਕੇ ਪੜੀਏ, ਉਹ ਸੱਚਖੰਡ ਦਾ ਰਾਹ, ਉਹ ਆਨੰਦ ਆਉਂਦਾ ਹੈ ਜਿਹੜਾ ਕਿਤੇ ਤੁਹਾਨੂੰ ਆਨੰਦ ਨਹੀਂ ਆ ਸਕਦਾ, ਜੋ ਰਮਦਾਸ ਮਹਾਰਾਜ ਸ਼ਬਦ ਪੜ੍ਹ ਕੇ ਗੁਰਬਾਣੀ ਪੜ੍ਹ ਕੇ ਸਾਡੇ ਮਨ ਨੂੰ ਆਨੰਦ ਆਉਂਦਾ ਹੈ, ਜੋ ਆਨੰਦ ਸਾਨੂੰ ਗੁਰੂ ਦੀ ਗੁਰਬਾਣੀ ਕੋਲੋਂ ਮਿਲਦਾ ਹੈ। ਅੱਜ ਲੋੜ ਹੈ ਗੁਰਬਾਣੀ ਦੇ ਲੜ ਲੱਗੀਏ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰੀਏ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੋੜਦੇ ਹਨ। ਕਬੀਰ ਜੀ ਸ਼ਬਦ, ਕਬੀਰ ਜੀ ਦਾ ਸ਼ਬਦ ਹੈ, ਕਬੀਰ ਸਾਧ ਸਾਧਨਾ ਕੀਤੀਏ ਦੂਰੋਂ ਜਾਈਏ ਭਾਵ, ਉਹਨਾਂ ਸਾਧਨਾਂ ਦਾ ਸੰਗ ਨਹੀਂ ਕਰਨਾ ਜਿਹੜੇ ਸਾਨੂੰ ਗੁਰੂ ਨਾਲੋਂ ਤੋੜਦੇ ਹਨ। ਉਹਨਾਂ ਮਹਾਂਪੁਰਖਾਂ ਦਾ ਗੁਰਬਾਣੀ ਵਿੱਚ ਸਤਿਕਾਰ ਹੈ ਜਿਹੜੇ ਗੁਰਬਾਣੀ ਦੇ ਨਾਲ ਆਪ ਜੁੜੇ ਹਨ, ਜਿਹੜੇ ਟੁੱਟਿਆ ਹੋਇਆ ਨੂੰ ਗੁਰਬਾਣੀ ਦੇ ਨਾਲ ਜੁੜ ਕੇ ਸਾਡਾ ਆਧਾਰ ਕਰਦੇ ਹਨ, ਜਿਹੜੇ ਰੱਬ ਦੇ ਪਿਆਰੇ ਸੰਸਾਰ ਉੱਤੇ ਆਉਂਦੇ ਹਨ, ਉਹ ਸਾਨੂੰ ਟੁੱਟਿਆ ਹੋਇਆ ਨੂੰ ਰੱਬ ਦੇ ਨਾਲ ਜੋੜਨ ਵਾਸਤੇ ਆਉਂਦੇ ਹਨ, ਉਹ ਨਾਮ ਜਪਾਣੇ ਵਾਸਤੇ ਆਉਂਦੇ ਹਨ, ਉਹ ਸਾਡਾ ਭਲਾ ਕਰਨੇ ਵਾਸਤੇ ਆਉਂਦੇ ਹਨ। ਆਓ ਇੱਕ ਧਾਰਨ ਆਪਣੇ ਕੇ ਉਸ ਤੋਂ ਬਾਅਦ ਪਾਉਂਦੇ ਕਰੀਏ। ਭੁੱਲਿਆ ਭਟਕਿਆਂ ਨੂੰ ਸੱਚ ਦਾਰਾ ਦੱਸਿਆ, ਪਰ
ਨੇਕਾਂ ਦੇ ਨਾਲ ਜੋੜ ਕੇ ਸਾਡਾ ਜੀਵਾਂ ਦਾ ਭਲਾ ਕੀਤਾ ਹੈ। ਰਵਿਦਾਸ ਮਹਾਰਾਜ ਨੇ ਸੰਸਾਰ ਉਹਦੇ ਆਗੇ ਪਾਵਾ ਇਸਨੇ ਹਾਜ਼ਰੀ ਪ੍ਰਵਾਨ ਕਰਨੀ ਤੁਮੋ ਸੰਗਤਾਂ ਵੱਲੋਂ ਕੀਰਤਨ ਦਾ ਸੰਸਾਰ ਗੁਰਬਾਣੀ ਦਾ ਸੰਸਾਰ ਵਿਆਹ ਕਰਵਾਇਆ ਆਈ ਹੈ।